ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਡਿੱਠੇ ਸਬੇ ਥਾਬ ਨਹੀਂ ਤੁਦ ਜਿਆ ਕਿ ਤਨ ਗੁਰੂ ਰਾਮਦਾਸ ਮਰ ਵਰਗਾ ਅਸਥਾਨ ਇਨਾ ਤਨਾਂ ਲੋਕਾਂ ਵਿੱਚ ਕਿਤੇ ਵੀ ਨਹੀਂ ਹੈ ਇਸ ਸਥਾਨ ਤੇ ਜੋ ਵੀ ਪ੍ਰਾਣੀ ਆਉਂਦਾ ਹੈ ਆਪਣੀ ਮਰਜ਼ੀ ਪੂਰੀ ਕਰਕੇ ਜਾਂਦਾ ਹੈ ਬਸ ਜ਼ਰੂਰਤ ਹੈ ਸ਼ਰਧਾ ਦੀ ਵਿਸ਼ਵਾਸ ਦੀ ਬਿਨਾ ਸੰਦੇਹ ਜਿਹਦੇ ਅੰਦਰ ਕਿਸੇ ਕਿਸਮ ਦਾ ਕੋਈ ਸੰਸਾ ਨਾ ਰਹੇ ਸੰਦੇਹ ਨਾ ਰਹੇ ਉਹਦੀ ਕੀਤੀ ਹੋਈ ਸੇਵਾ ਤੇ ਉਹਦੇ ਮਨ ਦੀ ਭਾਵਨਾ ਸ਼ਰਦਾ ਇਸ ਦਰਬਾਰ ਦੇ ਵਿੱਚ ਜ਼ਰੂਰ ਪੂਰੀ ਹੁੰਦੀ ਆ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਐਸੀਆਂ ਰੂਹਾਂ ਹੈਗੀਆਂ ਜਿਹੜੀਆਂ ਇਸ ਦਰਬਾਰ ਵਿੱਚ ਆਉਂਦੀਆਂ ਤੇ ਆਪਣੇ ਭਾਵ ਦੇ ਅਨਸਾਰ ਆਪਣੀ ਭਾਵਨਾ ਦੇ ਅਨਸਾਰ ਜਿਹੜੀਆਂ ਉਹ ਫਲ ਲੈ ਕੇ ਜਾਂਦੀਆਂ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਸੋਢੀ ਸ੍ਰੇਸ਼ਟ ਸਗਲ ਧਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ ਕਿ ਸੋਢੀ ਕੁੱਲ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਨੂੰ ਅਕਾਲ ਪੁਰਖ ਵੱਲੋਂ ਇਹ ਵਡਿਆਈ ਪ੍ਰਾਪਤ ਹੋਈ ਆ ਕਿ ਤੁਸੀਂ ਸਾਰੀ ਸ੍ਰਿਸ਼ਟੀ ਨੂੰ ਤਾਰਨਾ ਸਾਰੀ ਸ੍ਰਿਸ਼ਟੀ ਦਾ ਨਾਰ ਕਰਨਾ ਹੈਗਾ ਬਸ ਜ਼ਰੂਰਤ ਹੈ ਸ਼ਰਧਾ ਪ੍ਰੇਮ ਸੇਵਾ ਦੀ ਤੇ ਬਿਨਾ ਸੰਦੇਹ ਤੋਂ ਬਿਨਾ ਕਿਸੇ ਸ਼ੱਕ ਤੋਂ ਜਦ ਇਨਸਾਨ ਜਿਹੜਾ ਹੈਗਾ ਉਹ ਨਿਭ ਕੇ ਇਸ ਅਸਥਾਨ ਤੇ ਆਉਂਦਾ ਉਹਦੀ ਝੋਲੀ ਜ਼ਰੂਰ ਪੜਦੀ ਆ ਅੱਜ ਦਾਸ ਇਸੇ ਹੈ ਨਾ ਵਿਸ਼ੇ ਦੇ ਉੱਤੇ ਇੱਕ ਬੀਬੀ ਦੇ ਨਾਲ ਬੀਤੀ ਜਿਹੜੀ ਹੱਡ ਬੀਤੀ ਆ ਉਹ ਆਪ ਸਾਰਿਆਂ ਸੰਗਤਾਂ ਨਾਲ ਸਾਂਝਾ ਕਰਦਾ ਜਿਵੇਂ ਕਿ ਸਾਡੇ ਜਾਂ ਹਰੇਕ ਚਾਹੇ ਨੌਜਵਾਨ ਬੱਚਾ ਚਾਹੇ ਬੱਚੀ ਆ ਉਹਦੇ ਮਨ ਦੇ ਵਿੱਚ ਇੱਕ ਇਹ ਖਾਸ਼ ਹੁੰਦੀ ਆ ਕਿ ਉਹਦਾ ਜਿਹੜਾ ਹਨਾ ਆਉਣ ਵਾਲਾ ਖਾਸ ਕਰਕੇ ਵਿਆਹਤਾ ਜੀਵਨ ਉਹ ਖੁਸ਼ੀਆਂ ਭਰਿਆ ਹੋਵੇ ਤੇ ਸੁਖੀ ਹੋਵੇ ਤੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਰਥਿਕ ਤੰਗੀ ਨਾ ਆਵੇ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਮ ਕਰਕੇ ਜਿਹੜੇ ਸਾਡੇ ਬੱਚੇ ਬੱਚੀਆਂ ਹਨਾ ਉਹਨਾਂ ਦਾ ਰੁਝਾਨ ਜਿਹੜਾ ਹੈ ਜ਼ਿਆਦਾਤਰ ਵਿਦੇਸ਼ਾਂ ਵਿੱਚ ਸੈਟਲ ਹੋਣ ਵੱਲ ਜਿਹੜਾ ਜ਼ਿਆਦਾ ਲੱਗਾ ਰਹਿੰਦਾ ਹੈ ਇਸ ਕਰਕੇ ਹਰੇਕ ਬੱਚੇ ਬੱਚੀ ਦੀ ਮੰਚੀ ਹੁੰਦਾ ਕਿ ਚਾਹੇ ਤੱਕ ਵਿਦੇਸ਼ ਦੀ ਕੋਈ ਲੜਕੀ ਹੋਵੇ ਚਾਹੇ ਲੜਕਾ ਹੋਵੇ ਜਿੱਥੇ ਉਹ ਆਪਣੇ ਜੀਵਨ ਨੂੰ ਸੈੱਟ ਕਰ ਸਕਣ ਸੋ ਇਸੇ ਹੀ ਤਰ੍ਹਾਂ ਹਨਾ ਇੱਕ ਲੜਕੀ ਬੱਚੀ ਜਿਹੜੀ ਸੀਗੀ ਉਹਦਾ ਰਿਸ਼ਤਾ ਕਿਸੇ ਵਿਦੇਸ਼ ਵਿੱਚ ਕਿਸੇ ਵਿਦੇਸ਼ੀ ਲੜਕੇ ਦੇ ਨਾਲ ਹੋਇਆ ਜਦ ਲੜਕੇ ਨਾ ਹੋਇਆ ਹੁਣ ਦੇਖੋ ਬੱਚੀ ਦੇ ਮੰਦੀਆਂ ਸੱਧਰਾਂ ਵੀ ਆ ਭਾਵਨਾ ਵੀ ਆ ਚਾਹ ਵੀ ਆ ਸੁਪਨੇ ਵੀ ਆ ਇਸ ਤਰ੍ਹਾਂ ਉਹਨੇ ਵੀ ਆਪਣੇ ਅੰਦਰ ਇਸ ਤਰ੍ਹਾਂ ਦੀ ਸਾਰੀ ਜ਼ਿੰਦਗੀ ਦੇ ਜਿਹੜੇ ਸੁਪਨੇ ਸੀ ਸੰਜੋਏ ਸੀ ਪਰ ਦੇਖੋ ਜਦੋਂ ਬੱਚੀ ਵਿਆਹ ਹੀ ਗਈ ਵਿਆਹ ਤੋਂ ਬਾਅਦ ਜਦੋਂ ਲੜਕਾ ਵਾਪਸ ਵਿਦੇਸ਼ ਗਿਆ ਮੁੜ ਉਹਦੇ ਪਾਸ ਵਾਪਸ ਨਹੀਂ ਆਇਆ ਜਦ ਵਾਪਸ ਨਹੀਂ ਆਇਆ ਤੇ ਉਹਨੇ ਆਪਣੇ ਟੈਲੀਫੋਨ ਕਰਕੇ ਕਿਸੇ ਤਰ੍ਹਾਂ ਵੀ ਜਾਨੀ ਕਿ ਉਹਦੇ ਨਾਲ ਆਪਣਾ ਜਿਹੜਾ ਸਗਾ ਉਹ ਮੇਲ ਜੋਲ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਲੜਕੇ ਨੇ ਟੈਲੀਫੋਨ ਤਾਂ ਉਹਨੂੰ ਕੀ ਕਰਨਾ ਸੀਗਾ ਬਸ ਉਸ ਬੱਚੇ ਨੂੰ ਇਹ ਪਤਾ ਲੱਗਾ ਵੀ ਉਹ ਜਿਹੜਾ ਲੜਕਾ ਹਨਾ ਉਹ ਉਧਰ ਜਾ ਕੇ ਜਿਹੜੀ ਉਹ ਮਾੜੀ ਸੰਗਤ ਦੇ ਵਿੱਚ ਪੈ ਗਿਆ ਇਸ ਕਰਕੇ ਉਹਨੇ ਉਧਰ ਜਾ ਕੇ ਜ਼ਿਆਦਾਤਰ ਜਿਹੜੀ ਆ ਡਰਿੰਕ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਨਾਲ ਉਥੇ ਹੋਰ ਵੀ ਆਪਣੇ ਸੰਗੇ ਸਾਥੀਆਂ ਦੇ ਨਾਲ ਕਲੱਬਾਂ ਪਿੱਛੇ ਜਾਣਾ ਸ਼ੁਰੂ ਕਰ ਦਿੱਤਾ ਬਸ ਜਦੋਂ ਉਹਨੂੰ ਇਸ ਜ਼ਿੰਦਗੀ ਦਾ ਪਤਾ ਲੱਗਾ ਬਸ ਉਹਦੇ ਜਿਹੜੇ ਸੁਪਨਿਆਂ ਦੀ ਲੜੀ ਸੀ ਨਾ ਉਹ ਸਾਰੀ ਉੱਤੇ ਪਾਣੀ ਫਿਰ ਗਿਆ ਟੁੱਟ ਗਈ ਫਿਰ ਦੇਖੋ ਜੇ ਮੈਂ ਅਸੀਂ ਦੇਖਦੇ ਹਾਂ ਕਿ ਜੇ ਮੈਂ ਪਿੰਡਾਂ ਦੇ ਵਿੱਚ ਜਿਹੜੇ ਮਾਹੌਲ ਚੱਲਦੇ ਆ ਕੇ ਕੱਚੇ ਗੁਰੂਆਂ ਦੇ ਪਿੱਛੇ ਘੁੰਮਣਾ ਸੋ ਜਿਹੜੀ ਬੱਚੀ ਸੀਗੀ ਉੰਨੇ ਵੀ ਆਪਣੀ ਜੀਵਨ ਦੇ ਵਾਸਤੇ ਜਾਂ ਜੀਵਨ ਨੂੰ ਸੁਖੀ ਬਣਾਉਣ ਵਾਸਤੇ ਉਹ ਬੱਚੀ ਜਿਹੜੀ ਸੀ ਉਹ ਕਈਆਂ ਜੋਤਿਸ਼ੀਆਂ ਕੋਲ ਵੀ ਗਈ ਕਈ ਤਰ੍ਹਾਂ ਦੇ ਪਾਪ ਵੀ ਕਰਾਏ ਜਿਹੜੀ ਉਹਨੇ ਦੱਸੇ ਸੀ ਹੋਰ ਵੀ ਕਈਆਂ ਸਿਆਣਿਆਂ ਦੇ ਪਾਸ ਗਈ ਜਿਨ੍ਹਾਂ ਨੇ ਯਾਨੀ ਕਿ ਉਹਨਾਂ ਨੂੰ ਕਈ ਤਰ੍ਹਾਂ ਦੇ ਤਰੀਕੇ ਦੱਸੇ ਉਹਨੇ ਸਾਰੇ ਹਿੱਲੇ-ਬਿਹਿੱਲੇ ਕਰਕੇ ਦੇਖ ਲਏ ਪਰ ਕੋਈ ਵੀ ਤਰੀਕਾ ਜਿਹੜਾ ਕਾਰਗਰ ਸਫਲ ਨਹੀਂ ਹੋਇਆ ਕਿਉਂ ਕਿਉਂਕਿ ਗਰਵਾਣੀ ਦਾ ਫਰਮਾਨ ਹੈਗਾ ਕਿ ਕਰਮਾਂ ਤੋਂ ਬਗੈਰ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਗੈਰ ਜਿਹੜਾ ਹਨ ਕੋਈ ਵੀ ਕਾਰਜ ਸਿੱਧ ਨਹੀਂ ਹੁੰਦਾ ਹੈਗਾ ਬਿਨ ਕਰਮਾ ਕੁਛ ਪਾਈਏ ਨਹੀਂ ਕਹਿੰਦੇ ਬਾਣੀ ਕਹਿੰਦੀ ਵੀ ਕਰਮਕਾਂਡ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਤੀ ਜਿਹੜੀ ਆ ਉਹ ਹੋ ਨਹੀਂ ਸਕਦੀ ਕਰਮੀ ਸਹਜ ਨਾ ਉਪਜੇ ਕਹਿੰਦੇ ਕਰਮਕਾਂਡਾ ਦੇ ਨਾਲ ਕਦੀ ਵੀ ਜਿਹੜਾ ਇਨਸਾਨ ਹੈ ਨਾ ਉਹਦੇ ਅੰਦਰ ਸ਼ਾਂਤੀ ਨਹੀਂ ਪੈਦਾ ਹੁੰਦੀ ਸਹਜ ਨਹੀਂ ਬਣਦਾ ਹੈਗਾ ਪਰ ਕਿਉਂ ਉਹ ਬੱਚੀ ਜਿਹੜੀ ਸੀ ਗੁਰਮਤ ਤੋਂ ਅਣਜਾਣ ਸੀਗੀ ਸ਼ੁਰੂ ਤੋਂ ਇਸ ਕਰਕੇ ਉਹ ਇਹਨਾਂ ਚੱਕਰਾਂ ਵਿੱਚ ਫਸੀ ਰਹੀ ਜਦ ਤੱਕ ਫਸੀ ਰਹੀ ਉਹਦਾ ਜਿਹੜਾ ਕੋਈ ਵੀ ਮਸਲਾ ਜਿਹੜਾ ਸੀ ਹੱਲ ਨਹੀਂ ਸੀ ਹੋਇਆ ਅਖੀਰ ਫੇ ਜਿਹੜੀ ਹਨ ਉਹਨਾਂ ਦੇ ਹੱਥ ਥੱਕ ਹਾਰ ਕੇ ਉਹਨਾਂ ਦੇ ਪਿਤਾ ਨੇ ਉਹਨੂੰ ਸਲਾਹ ਦਿੱਤੀ ਕਿ ਤੁਸੀਂ ਤੂੰ ਬਾਕੀ ਕੰਮ ਸਾਰੇ ਛੱਡ ਦੇ ਕੇਵਲ ਤੇ ਕੇਵਲ ਗੁਰੂ ਘਰ ਜਾਇਆ ਕਰ ਗੁਰੂ ਨਾਨਕ ਦੇਵ ਜਿਹੜੇ ਹਨ ਦਰਬਾਰ ਵਿੱਚ ਜਾ ਕੇ ਉੱਥੇ ਰਜੋਈ ਕਰਿਆ ਕਰ ਸੇਵਾ ਕਰਿਆ ਕਰ ਬੇਨਤੀ ਕਰਿਆ ਕਰ ਤੇ ਜਦ ਇਹ ਜਿਹੜੀ ਹੈ ਨਾ ਗੱਲ ਸੀ ਉਹਨਾਂ ਦੇ ਪਿਤਾ ਨੇ ਉਹਨੂੰ ਸਲਾਹ ਦਿੱਤੀ ਦੇ ਨਾਲ ਇਹ ਵੀ ਆਖਿਆ ਹੈਗਾ ਕਿ ਅਗਰ ਉਥੇ ਸੇਵਾ ਕਰਨੀ ਹੈ ਤੇ ਇੱਕ ਮਨ ਇੱਕ ਚਿੱਤ ਹੋ ਕੇ ਕਰਨੀ ਹੈਗੀ ਆ ਤੇ ਨਹੀਂ ਕਰਨੀ ਤਾਂ ਫਿਰ ਇਸ ਤਰ੍ਹਾਂ ਕਰ ਫੇ ਜਾਂ ਤਾਂ ਉਹ ਜਿਹੜਾ ਲੜਕਾ ਹੈਗਾ ਜਿਹਦਾ ਤੇਰੀ ਸ਼ਾਦੀ ਹੋਈ ਆ ਉਹਨੂੰ ਸਦਾ ਵਾਸਤੇ ਭੁੱਲ ਜਾ ਉਹ ਤੋਂ ਅਲੱਗ ਹੋ ਜਾ ਪਰ ਉਹ ਬੱਚੀ ਨੇ ਮਨ 'ਚ ਯਾਨੀ ਇਹ ਸੋਚਿਆ ਕਿ ਮੈਂ ਹੁਣ ਗੁਰੂ ਘਰ ਜਾਵਾਂਗੀ ਜਿਹੜਾ ਮੇਰਾ ਆਪਣਾ ਹੱਕ ਹੈ ਜਿਹੜਾ ਮੇਰਾ ਨਸੀਬ ਹਨ ਮੈਂ ਉਹਨੂੰ ਧੰਨ ਗੁਰੂ ਰਾਮਦਾਸ ਮਰਦ ਦੇ ਚਰਨਾ ਚ ਰੱਖੂਗੀ ਤੇ ਇਸ ਨਸੀਬ ਨੂੰ ਜਾਨੀ ਆਪਣੇ ਭਵਿੱਖਾ ਜਿਹੜਾ ਧੁੰਦਲਾ ਹੋ ਗਿਆ ਹਨ ਇਹਨੂੰ ਮੈਂ ਉਜਲ ਕਰੂੰਗੀ ਦੇਖੋ ਉਸ ਬੱਚੀ ਦਾ ਸੰਕਲਪ ਉਸੇ ਹੀ ਬੱਚੀ ਨੇ ਧੰਗੁਰੂ ਆਰਾਮਦਾਸ ਮਹਰ ਦੇ ਦਰਬਾਰ ਦੇ ਵਿੱਚ ਅੰਮ੍ਰਿਤਸਰ ਜਾਣਾ ਸ਼ੁਰੂ ਕਰ ਦਿੱਤਾ ਜਦੋਂ ਉੱਥੇ ਜਾਣਾ ਉੱਥੇ ਜਾ ਕੇ ਉਸ ਬੱਚੀ ਨੇ ਪ੍ਰਸ਼ਾਦ ਕਰਾਉਣਾ ਉਸ ਤੋਂ ਬਾਅਦ ਫਿਰ ਕੀਰਤਨ ਸਰਵਣ ਕਰਨਾ ਫਿਰ ਸੇਵਾ ਕਰਨੀ ਫਿਰ ਹੌਲੀ-ਹੌਲੀ ਉਸ ਬੱਚੀ ਨੇ ਜਿਹੜੇ ਸੀ ਉਹ ਪਾਠ ਕਰਨੇ ਸ਼ੁਰੂ ਕਰ ਦਿੱਤੇ ਗੁਰਬਾਣੀ ਦੀ ਜਿਹੜੀ ਉਹ ਹੈਗੀਆਂ ਬਹੁਤ ਸਾਰੀਆਂ ਪੋਥੀਆਂ ਲੈ ਕੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਇੱਥੋਂ ਤੱਕ ਕਿ ਘਰ ਵੀ ਆ ਕੇ ਹਨਾ ਸਹਿਜ ਪਾਠ ਕਰਨੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਉਹ ਬੱਚੀ ਜਿਹੜੀ ਸੀਗੀ ਜਦ ਇਸ ਕੰਮ ਦੇ ਵਿੱਚ ਪੂਰੀ ਤਰ੍ਹਾਂ ਜੜੀ ਸੀਗੀ ਉਹ ਘੋਲ ਮਿਲ ਗਈ ਉਸ ਤੋਂ ਬਾਅਦ ਉਹ ਬੱਚੀ ਨੇ ਇੱਕ ਨੀਮ ਬਣਾ ਲਿਆ ਕਿ ਹਰੇਕ ਮਹੀਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਚ ਜਾਣਾ ਹੈਗਾ ਉੱਥੇ ਜਾ ਕੇ ਸੇਵਾ ਕਰਨੀ ਆ ਬੇਨਤੀ ਕਰਨੀ ਅਰਦਾਸ ਕਰਨੀ ਸੋ ਉਹ ਜਿਹੜੀ ਬੱਚੀ ਸੀਗੀ ਇਸ ਤਰ੍ਹਾਂ ਉਹ ਨੀਮ ਕਰਦੀ ਰਹੀ ਜਦ ਉਹ ਆਪਣੇ ਮਨ ਤੇ ਸੰਕਲਪ ਦੇ ਵਿੱਚ ਪੂਰੀ ਤਰ੍ਹਾਂ ਉਤਰੀ ਹੈ ਨਾ ਜਿਹਨੂੰ ਗੁਰਬਾਣੀ ਨੇ ਆਖਿਆ ਕਿ ਸਗਲ ਦੁਆਰ ਕੋ ਛਾੜ ਕੇ ਗਿਓ ਤਹਾਰੂ ਦਵਾਰ ਵਾਹੇ ਗਏ ਕਿ ਲਾਜਸ ਗੋਵਿੰਦਾਸ ਤਹਾਰ ਕਿ ਜਦੋਂ ਸਾਰੇ ਦਰਵਾਜੇ ਜਿਹੜੇ ਹੈਗੇ ਉਹ ਛੱਡ ਕੇ ਜਦੋਂ ਇੱਕੋ ਹੀ ਦਰਵਾਜਾ ਉਹ ਦਰਵਾਜਾ ਜਿਸ ਦੇ ਉੱਤੇ ਸਾਨੂੰ ਜਿਹੜਾ ਨਾ ਇਹ ਪ੍ਰਕਾਸ਼ ਹੋਇਆ ਸ਼ਬਦ ਮਿਲਦਾ ਕਿ ਡਿੱਠੇ ਸਭੇ ਥਾਵ ਨਹੀਂ ਤੋ ਦਿਜੇ ਆ ਇਹ ਜਿਹੜਾ ਸ਼ਬਦ ਹੈਗਾ ਉਸ ਬੱਚੀ ਦੇ ਅੰਦਰ ਜਣੀ ਘਰ ਘਰ ਗਿਆ ਸੀਗਾ ਕਿ ਅਗਰ ਮੈਨੂੰ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਉਹ ਖੈਰ ਨਹੀਂ ਪਾਉਗੀ ਮੇਰੀ ਝੋਲੀ ਨਹੀਂ ਭਰੂਗੀ ਤਾਂ ਕਿਤੋਂ ਨਹੀਂ ਭਰੂਗੀ ਦੇਖੋ ਉਸ ਬੱਚੀ ਨੇ ਆਪਣਾ ਨੇਮ ਨਹੀਂ ਛੱਡਿਆ ਉਹ ਨਿਰੰਤਰ ਜਾਂਦੀ ਰਹੀ ਆ ਕੁਦਰਤੀ ਜੇ ਇਹ ਸਭ ਬਦੇਸ਼ੀ ਮੁਲਖ ਦੇ ਵਿੱਚ ਉਹਦਾ ਜਿਹੜਾ ਘਰ ਵਾਲਾ ਉਹ ਰਹਿੰਦਾ ਸੀਗਾ ਉੱਥੇ ਕੁਦਰਤੀ ਕੋਈ ਐਸਾ ਕਾਨੂੰਨ ਹੋਇਆ ਜਿਹਦੇ ਵਿੱਚ ਉਹਨਾਂ ਨੇ ਇੱਕ ਐਸਾ ਜਣੀ ਨੋਟਿਸ ਜਾਂ ਲਾ ਜਿਹੜਾ ਕੱਢਿਆ ਸੀਗਾ ਕੁਝ ਦਿਨਾਂ ਵਾਸਤੇ ਉਹ ਇਹ ਸਗਾ ਕਿ ਅਗਰ ਕੋਈ ਜਿਹੜਾ ਇਨਸਾਨ ਇੱਥੇ ਰਹਿਣ ਵਾਲਾ ਕੋਈ ਵੀ ਜਿਹੜਾ ਆਦਮੀ ਹੈਗਾ ਅਗਰ ਉਹਨੇ ਕਿਸੇ ਨੂੰ ਆਪਣੇ ਪੇਪਰ ਭੇਜਣੇ ਆ ਤੇ ਉਹ ਆਪਣਾ 22000 ਜਿਹੜਾ ਹਨਾ ਇਧਰ ਲਾਜੋ ਪਾਉਂਡ ਹੈਗਾ ਜਾਂ ਡਾਲਰ ਹੈ ਉਹ ਇਧਰ ਜਮ੍ਹਾਂ ਕਰਾਵੇ ਤੇ ਉਹ ਆਪਣੀ ਰਾਤ ਜਿਹੜੀ ਹੈ ਨਾ ਭੇਜ ਸਕਦਾ ਤੇ ਉੱਤੇ ਵਿਚਾਰ ਹੋ ਸਕਦਾ ਦੇਖੋ ਹੁਣ ਉਹ ਜਿਹੜਾ ਲੜਕਾ ਸਗਾ ਜਿਹੜਾ ਸ਼ਰਾਬੀ ਸ਼ਰਾਬੀ ਰਹਿੰਦਾ ਸਗਾ ਜਿੰਨਾ ਮੜਾ ਮੋਟਾ ਕਮਾਉਣਾ ਹੈਗਾ ਉਹ ਇਹਨਾਂ ਚੀਜ਼ਾਂ 'ਚ ਜਿਹੜਾ ਖਰਚ ਕਰ ਦੇਣਾ ਕਲੱਬਾਂ ਵਿੱਚ ਜਾਣਾ ਪਿਛਲੀ ਕੋਈ ਪਰਵਾਹ ਨਹੀਂ ਸੀ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਆਈ ਕੀ ਨਹੀਂ ਆਈ ਦੇਖੋ ਗੁਰੂ ਰਾਮਦਾਸ ਮਹਾਰਾਜ ਨੇ ਜਿਹੜੀ ਐਸੀ ਕਿਰਪਾ ਕੀਤੀ ਕਿ ਉਹਨੇ ਆਪਣੀ ਜਿਹੜੀ ਘਰ ਵਾਲੀ ਸੀ ਜੇ ਤੋ ਕੋਹਾ ਦੂਰ ਜਾ ਚੁੱਕਾ ਸੀ ਅਚਨਚੇਤ ਉਹਨ ਜਿਹੜੀ ਸੀ ਉਥੋਂ ਦੀ ਰਾਹਦਾਰੀ ਜਿਹੜੀ ਭੇਜ ਦਿੱਤੀ ਜਦ ਰਾਹਦਾਰੀ ਭੇਜ ਦਿੱਤੀ ਆ ਤੇ ਦੇਖੋ ਜਦੋਂ ਰਾਹਦਾਰੀ ਬੱਚੀ ਦੇ ਹੱਥ ਲੱਗੀ ਆ ਤੂੰ ਨੇ ਜਦ ਤੱਕ ਦੇਖਿਆ ਹੈਗਾ ਵੀ ਇਹ ਇਹ ਰਾਹਦਾਰੀ ਜਿਹੜੀ ਆ ਮੈਨੂੰ ਉੱਥੋਂ ਆਈ ਆ ਬੜੀ ਹੈਰਾਨ ਹੋਈ ਪਰ ਧੰਨ ਗੁਰੂ ਰਾਮਦਾਸ ਮਰਦੇ ਜੀ ਸ਼ੁਕਰੀਆ ਕਰਦੀ ਹੋਈ ਜਿਹੜੀ ਸੀ ਉਹ ਬੱਚੀ ਇਹ ਰਾਹਦਾਰੀ ਲੈ ਕੇ ਬੜੀ ਖੁਸ਼ ਸੀ ਵੀ ਕਿਵੇਂ ਉਹਦਾ ਮਨ ਜਿਹੜਾ ਹਨਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮੋੜ ਦਿੱਤਾ ਹੈਗਾ ਉਹਦੀ ਸੇਵਾ ਦਾ ਸਦਕਾ ਉਹਦੇ ਆਪਣੀਆਂ ਬੇਨਤੀਆਂ ਦਾ ਸਦਕਾ ਸੋ ਕਹਿਣ ਤੋਂ ਪਾਬ ਇੰਨਾ ਹੈਗਾ ਕਿ ਜਦ ਰਾਹਦਾਰੀ ਉਹ ਲੜਕੀ ਜਿਹੜੀ ਆਪਣੇ ਪਰਿਵਾਰ ਦੇ ਨਾਲ ਰਾਹਦਾਰੀ ਵਾਲਿਆ ਜਿਹੜਾ ਏਜੰਟ ਸੀਗਾ ਜਿਹਨੂੰ ਇਹ ਸਾਰੇ ਜਿਹੜੇ ਹੁੰਦੇ ਜਿਹਨੂੰ ਅਸੀਂ ਇਮੀਗ੍ਰੇਸ਼ਨ ਵਾਲੇ ਕਿ ਆਖ ਦਿੰਦੇ ਆ ਉਹਦੇ ਪਾਸੇ ਚਲੇ ਗਏ ਤੇ ਜਦ ਉਸ ਏਜੰਟ ਨੇ ਜਿਹੜੀ ਉਹ ਰਾਹਦਾਰੀ ਦੇਖੀ ਆ ਉਹ ਦੇਖ ਕੇ ਕਹਿਣ ਲੱਗਾ ਵੀ ਇਹ ਜਿਹੜਾ ਕਾਨੂੰਨ ਆ ਜਿਹਦੇ ਤਹਿਤ ਤੁਹਾਨੂੰ ਰਾਹਦਾਰੀ ਮਿਲੀ ਆ ਇਹ ਕਾਨੂੰਨ ਜਿਹੜਾ ਹੈ ਨਾ ਇੱਕ ਦੋ ਦਿਨ ਵਾਸਤੇ ਹੋਰ ਹੈ ਸੋ ਇਹ ਕਾਨੂੰਨ ਜਿਹੜਾ ਹੈਗਾ ਟੱਡੀ ਰਾਹਦਾਰੀ ਜਿਹੜੀ ਹੈ ਕੰਮ ਨਹੀਂ ਕਰੇਗੀ ਕਿਉਂਕਿ ਦੋ ਤਿੰਨ ਦਿਨ ਬਾਅਦ ਇਹਦੀ ਇਹਦੀ ਡੇਟ ਨਾ ਖਤਮ ਹੋ ਜਾਏਗੀ ਪਰ ਦੇਖੋ ਹੁਣ ਇੰਨੇ ਚਿਰ ਬਾਅਦ ਉਹ ਰਾਹਦਾਰੀ ਬੜੀ ਮੁਸ਼ਕਲ ਦੇ ਨਾਲ ਆਈ ਸੀਗੀ ਪਰ ਫੇ ਵੀ ਕਾ ਦਨਿਆਖਾ ਅਗਰ ਕੁਛ ਹੋ ਸਕਦਾ ਹੈਗਾ ਤਾਂ ਤੁਸੀਂ ਦੇਖ ਲਓ ਜਦ ਏਜੰਟ ਨੂੰ ਕਰਦਦੇ ਨੇ ਇਹ ਗੱਲ ਆਖੀ ਉਹ ਬੱਚੀ ਨੇ ਵੀ ਫਿਰ ਦੇਖੋ ਉਸ ਏਜੰਟ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਜਿਹੜਾ ਸਗਾ ਖਿਆਲ ਆਇਆ ਕੀ ਫੁਰਨਾ ਆਇਆ ਉਹਨੇ ਇਹਨੂੰ ਕਹਿਤਾ ਕਿ ਮੈਂ ਹਨਾ 2 ਲੱਖ ਰੁਪਈਆ ਲਵਾਂਗਾ ਇਹ ਜਿਹੜੀ ਹੈ ਨਾ ਇਹ ਤੁਹਾਡੀ ਫਾਈਲ ਤਿਆਰ ਕਰਕੇ ਐਮਬੈਸੀ ਚ ਜਮ੍ਹਾਂ ਕਰਾਉਣ ਦਾ 2 ਲੱਖ ਰੁਪਈਆ ਲਵਾਂਗਾ ਦੇਖੋ ਕਰਦਦੇ ਨੇ ਜਦ ਫਿਰ ਹਾਂ ਕਰ ਦਿੱਤੀ ਦੇਖੋ 2 ਲੱਖ ਰੁਪਈਆ ਜਿਹੜਾ ਸਗਾ ਉਸ ਏਜੰਟ ਨੂੰ ਦਿੱਤਾ ਗਿਆ ਉਹਨੇ ਕੀਤਾ ਉਹ ਫਾਈਲ ਤਿਆਰ ਕਰਕੇ ਜਿਹੜੀ ਸੀ ਐਮਬੈਸੀ ਚ ਲਾ ਜਦ ਫਾਇਲ ਤਿਆਰ ਕਰਕੇ ਐਮਬੈਸੀ ਵਿੱਚ ਲਾਈਆ ਇਸ ਤਰ੍ਹਾਂ ਫਾਇਲ ਤੋਂ ਬਾਅਦ ਜਦ 3 ਮਹੀਨੇ ਹੋ ਗਏ ਪਰ ਜਦ ਉਹਦਾ ਰਿਜ਼ਲਟ ਆਇਆ ਤੇ ਫਿਰ ਬਾਹਰਲੀ ਜਿਹੜੀ ਐਮਬੈਸੀ ਸੀ ਉਹਦੇ ਵੱਲ ਉਹ ਤੇ ਹਨ ਰਿਫਿਊਜ ਆ ਗਿਆ ਵੀ ਤੁਹਾਡਾ ਵੀਜ਼ਾ ਜਿਹੜਾ ਹਨ ਉਹ ਨਹੀਂ ਲੱਗ ਸਕਦਾ ਜਦ ਇੰਨੀ ਗੱਲ ਹੋਈ ਦੇਖੋ ਹੁਣ ਜਿਹਦੇ ਜਿਸ ਨੂੰ ਇਹ ਜਿਹੜਾ ਜਵਾਬ ਨਾ ਪੱਖੇ ਆ ਜਵੇ ਜਿਹੜਾ ਉਹ ਰੂ ਜਿਹੜਾ ਉਹ ਸ਼ਖਸ ਉਹ ਬੱਚੀ ਜਿਹੜੀ ਧੰਗ ਗੁਰੂ ਆਰਮਦਾਸ ਮਹਾਰਾਜ ਦੇ ਚਰਨਾਂ ਨਾਲ ਜੁੜੀ ਆ ਜਿਹਨੂੰ ਇਨਾ ਵਿਸ਼ਵਾਸ ਹੈਗਾ ਕਿ ਜਿੱਥੇ ਗੁਰੂ ਸਾਹਿਬ ਨੇ ਜਿਹੜੀ ਰਾਹਦਾਰੀ ਮਹਿਗਾਈ ਆ ਉੱਥੇ ਬਾਕੀ ਵੀ ਕੰਮ ਕਰੂਗਾ ਪਰ ਅੰਬੈਸੀ ਵੱਲੋਂ ਨਾਂ ਦਾ ਜਵਾਬ ਆਉਂਦੇ ਨਾ ਉਹ ਬੱਚੀ ਪੂਰੀ ਤਰ੍ਹਾਂ ਟੁੱਟ ਗਈ ਪਰ ਦੇਖੋ ਫਿਰ ਵੀ ਉਹਨੇ ਆਪਣਾ ਸਿੱਧਕ ਨਹੀਂ ਛੱਡਿਆ ਪਰ ਜਿੱਦਣ ਜਿਹੜਾ ਸੀਗਾ ਉਹਨੂੰ ਨਾਂ ਬਾਤਿਕ ਜਿਹੜਾ ਸੀ ਲੈਟਰ ਮਿਲਿਆ ਸੀਗਾ ਕਿਉਂਕਿ ਤੁਹਾਨੂੰ ਵੀਜ਼ਾ ਜਿਹੜਾ ਹੈਗਾ ਉਹ ਨਹੀਂ ਮਿਲ ਸਕਦਾ ਉਹ ਬੱਚੀ ਜਿਹੜੀ ਸੀ ਉਹ ਦਿਨ ਹੀ ਧੰਗ ਗੁਰੂ ਆਰਮਦਾਸ ਮਹਾਰਾਜ ਦੇ ਦਰਬਾਰ ਵਿੱਚ ਪਹੁੰਚ ਗਈ ਜਦ ਪਹੁੰਚੀ ਆ ਤੇ ਉਥੇ ਜਾ ਕੇ ਉਹਨੇ ਮੱਥਾ ਟੇਕ ਕੇ ਜਿਹੜੀ ਸੀ ਧੰਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਜਿਹੜੀ ਸੀ ਔਰ ਜੋਈ ਕੀਤੀ ਉਥੇ ਗੱਡ ਗੜਾਈ ਉਥੇ ਰੋਈ ਉਹ ਬੱਚੀ ਕਿ ਦੇਖੋ ਗੁਰੂ ਸਾਹਿਬ ਮਹਾਰਾਜ ਬਈ ਮੈਂ ਇਹੋ ਜਿਹਾ ਕਿਹੜਾ ਮੇਰੇ ਵਿੱਚ ਜਿਹੜੀ ਘਾਟ ਰਹਿ ਗਈ ਸੀਗੀ ਕਿ ਮੈਂ ਇਹਨੇ ਆਸ ਕਰਕੇ ਤੁਹਾਡੇ ਦਰਬਾਰ ਵਿੱਚ ਆਈ ਸੀ ਪਰ ਦੇਖੋ ਤੁਸੀਂ ਮੈਨੂੰ ਅਰਸ਼ ਤੇ ਚੜਾ ਕੇ ਸਾਰੀਆਂ ਉਮੀਦਾਂ ਦਬਾ ਕੇ ਜੱਕਤਮ ਜਿਹੜਾ ਉਹ ਪਿੱਛੇ ਛੱਡ ਦਿੱਤਾ ਹੈਗਾ ਜਦਸ ਇਸ ਤਰ੍ਹਾਂ ਦੀਆਂ ਰਜੋਈਆਂ ਬੇਨਤੀਆਂ ਕਰਕੇ ਉਹ ਬੱਚੀ ਜਦ ਵਾਪਸ ਜਿਹੜੇ ਆਪਣੇ ਜਿਹੜੇ ਸੀ ਉਹ ਘਰ ਪਹੁੰਚੀ ਆ ਕੁਦਰਤੀ ਕਾਰਨ ਐਸਾ ਬਣਿਆ ਧੰਨ ਗੁਰੂ ਰਾਮਦਾਸ ਮਹਾਰਾ ਦੀ ਬਖਸ਼ਿਸ਼ ਦਾ ਕਿ ਇੱਕ ਹਫ਼ਤੇ ਬਾਅਦ ਹਨਾ ਦੁਆਰਾ ਫਿਰ ਐਮਬੈਸੀ ਵੱਲੋਂ ਸੇ ਹੀ ਬੱਚੀ ਨੂੰ ਲੈਟਰ ਮਿਲਿਆ ਜਿਹਦੇ ਵਿੱਚ ਜਾਨੀ ਕਿ ਉਹ ਲਿਖਿਆ ਹੋਇਆ ਸੀਗਾ ਕਿ ਜਿਸ ਨੂੰ ਦੇਖ ਕੇ ਉਹ ਬੱਚੀ ਬੜੀ ਚਾਤਰ ਕਰ ਗਈ ਪੜ ਕੇ ਵਾਲੇ ਵਿੱਚ ਇਹ ਲਿਖਿਆ ਹੋਇਆ ਹੈ ਸਗਾ ਕਿ ਤੁਹਾਨੂੰ ਜਿਹੜਾ ਅਸੀਂ ਪਹਿਲਾਂ ਲੈਟਰ ਪਾਇਆ ਸਗਾ ਹਨ ਉਹ ਸਾਡੀ ਐਮਬੈਸੀ ਵੱਲੋਂ ਗਲਤੀ ਦੇ ਨਾਲ ਪੈ ਗਿਆ ਹੈ ਅਸਲ ਦੇ ਵਿੱਚ ਅਸੀਂ ਤੁਹਾਨੂੰ ਵੀਜ਼ਾ ਦੇਣ ਲਈ ਤਿਆਰ ਹਾਂ ਤੇ ਇਸ ਤਰ੍ਹਾਂ ਕਰੋ ਕਿ ਤੁਸੀਂ ਆਪਣਾ ਪਾਸਪੋਰਟ ਜਮ੍ਹਾਂ ਕਰਾਓ ਜਦ ਇਹ ਜਿਹੜਾ ਲੈਟਰ ਤੇ ਲਿਖਿਆ ਗਿਆ ਸੀ ਇਹਨੂੰ ਦੇਖ ਕੇ ਬੱਚੀ ਬੜੀ 당 ਰਹਿ ਗਈ ਪਰ ਮਨ ਵਿੱਚ ਆਇਆ ਕਿ ਹੋ ਸਕਦਾ ਕਿਸੇ ਨੇ ਯਾਨੀ ਕਿ ਕੋਈ ਸ਼ਰਾਤ ਕਰਕੇ ਲੈਟਰ ਜਿਹੜਾ ਪਾਤਾ ਹੋਵੇ ਪਰ ਬੱਚੀ ਮੰਨ ਦੇ ਵਿੱਚ ਜਾਨੀ ਕਿ ਫੇ ਵੀ ਇੱਕ ਸੰਸਾਚਾ ਦੇ ਬਣ ਗਿਆ ਸਿਕਾ ਕਿ ਪਹਿਲਾ ਅੰਬੈਸੀ ਨੇ ਕਹਿ ਦਿੱਤਾ ਸਿਕਾ ਕਿ ਤੁਹਾਨੂੰ ਜਿਹੜਾ ਹੈਗਾ ਵੀਜ਼ਾ ਨਹੀਂ ਮਿਲ ਸਕਦਾ ਪਰ ਦੂਸਰੀ ਵਾਰ ਜਿਹੜਾ ਅੰਬੈਸੀ ਨੇ ਲੈਟਰ ਉਹਨਾਂ ਦੇ ਘਰ ਭੇਜਿਆ ਸਿਕਾ ਉਹਦੇ ਤੇ ਲਿਖਿਆ ਸਿਕਾ ਕਿ ਤੁਹਾਡਾ ਜਿਹੜਾ ਵੀਜ਼ਾ ਹੈਗਾ ਤੁਹਾਨੂੰ 100% ਤੁਹਾਨੂੰ ਮਿਲ ਸਕਦਾ ਹੈਗਾ ਜਿਹੜਾ ਪਹਿਲਾ ਲੈਟਰ ਵਾ ਤੁਹਾਨੂੰ ਪਾਇਆ ਗਿਆ ਉਹ ਗਲਤੀ ਨਾਲ ਪਾਇਆ ਗਿਆ ਇਸ ਕਰਕੇ ਤੁਸੀਂ ਆਪਣਾ ਪਾਸਪੋਰਟ ਜਮ੍ਹਾਂ ਕਰਾ ਤਾਂ ਜੋ ਤਾਂ ਜੋ ਅਸੀਂ ਤੁਹਾਨੂੰ ਵੀਜ਼ਾ ਦੇ ਸਕੀਏ ਦੇਖੋ ਉਹਨਾਂ ਦੇ ਘਰਦਿਆਂ ਨੇ ਫਿਰ ਉਸ ਬੱਚੀ ਨੂੰ ਕਿਹਾ ਕਿ ਦੇਖ ਲੈਂਦੇ ਆਂ ਅਸੀਂ ਪਾਸਪੋਰਟ ਜਮ੍ਹਾਂ ਕਰਾ ਅਖਰਾ ਕੇ ਦੇਖ ਲੈਂਦੇ ਆਂ ਦੇਖੋ ਫਿਰ ਦੁਬਾਰਾ ਜਿਹੜਾ ਅਸੀਂ ਪਾਸਪੋਰਟ ਬੈਸੀ ਚ ਜਮ੍ਹਾਂ ਕਰਾਇਆ ਜਦ ਜਮ੍ਹਾਂ ਕਰਾਇਆ ਤਾਂ ਬਾਕੀ ਹੀ ਉਹ ਜਿਹੜਾ ਵੀਜ਼ਾ ਸੀਗਾ ਲੱਗ ਕੇ ਜਿਹੜਾ ਸੀ ਉਹ ਬੱਚੀ ਨੂੰ ਮਿਲ ਗਿਆ ਜਦੋਂ ਵੀਜ਼ਾ ਜਿਹੜਾ ਮਿਲ ਗਿਆ ਬਸ ਫਿਰ ਕੀ ਸੀ ਫਿਰ ਉਹ ਬੱਚੀ ਨੇ ਜਿਹੜੀ ਹੈ ਨਾ ਤਿਆਰੀ ਸ਼ੁਰੂ ਕਰ ਦਿੱਤੀ ਖੁਸ਼ੀ ਦੀ ਨਹੀਂ ਹੱਦ ਨਹੀਂ ਰਹੀ ਜਦੋਂ ਉਹ ਬੱਚੀ ਜਿਹੜੀ ਸੀ ਕਿ ਉਹ ਪ੍ਰਦੇਸ਼ ਜਿਹੜੀ ਸੀ ਆਪਣੀ ਪਤੀ ਪਾਸੇ ਜਾਣ ਲੱਗੀ ਜਾਂਦੇ ਜਾਂਦੇ ਜਿੱਥੇ ਘਰ ਦਾ ਉਹ ਜਿਹੜਾ ਜ਼ਰੂਰੀ ਸਮਾਨ ਉਹਨੇ ਬੰਨੇ ਆ ਉਹਦੇ ਵਿੱਚ ਖਾਸ ਕਰਕੇ ਇੱਕ ਜਿਹੜਾ ਫੋਟੋ ਸੀਗਾ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਸੀਗਾ ਉਹਨੇ ਆਪਣੇ ਜਿਹੜੇ ਅਟੈਚੀ ਚ ਪਾਇਆ ਤੇ ਇੱਕ ਫੋਟੋ ਧੰਗੁਰੂ ਆਰਾਮਦਾਸ ਮਹਾਰਾਜ ਦਾ ਇੱਕ ਫੋਟੋ ਧੰ ਸ੍ਰੀ ਦਰਬਾਰ ਸਾਹਿਬ ਜੀ ਦਾ ਤੇ ਇੱਕ ਫੋਟੋ ਧੰਗੁਰੂ ਆਰਾਮਦਾਸ ਮਹਾਰਾਜ ਦਾ ਲੈ ਕੇ ਹਨ ਉਹ ਬੱਚੀ ਜਿਹੜੀ ਸੀਗੀ ਉਹ ਉਸ ਵਿਦੇਸ਼ ਦੀ ਯਾਤਰਾ ਤੇ ਚਲੇ ਗਈ ਜਦ ਗਈ ਹੈ ਜਦ ਉੱਥੇ ਪਹੁੰਚੀ ਹੈ ਤੇ ਜਿਹੜਾ ਆ ਉਹਦਾ ਘਰ ਵਾਲਾ ਜਾਨੀ ਸ਼ਰਾਬੀ ਕੋ ਆ ਵੀ ਇਸ ਦਾ ਦੇਖੋ ਉਹ ਫਿਰ ਉਹਨਾਂ ਦੀ ਜਿਹੜੀ ਫੈਮਿਲੀ ਸੀ ਜਾਂ ਸਾਰਾ ਕੁਝ ਸੀਗਾ ਉਹਨੂੰ 에어ਪੋਰਟ ਤੋਂ ਫਿਰ ਦੇਖੋ ਉੱਥੋਂ ਰਿਸੀਵ ਕਰਕੇ ਆਪਣੇ ਘਰ ਲੈ ਗਿਆ ਪਰ ਘਰ ਜਾ ਕੇ ਉਹ ਦੇ ਘਰ ਵਾਲੇ ਦਾ ਜਿਹੜੀ ਹਾਲਤ ਇੰਨੀ ਬਦਲੀ ਸੀ ਉਹਨੇ ਫਿਰ ਆਪਣੀ ਘਰ ਵਾਲੀ ਨੂੰ ਹਨਾ ਮਾਫੀ ਮੰਗੀ ਇਹ ਗੱਲ ਆਖੀ ਸੀ ਕਿ ਮੈਂ ਜਦੋਂ ਦੀ ਤੂੰ ਵਿਆਹੀ ਆ ਮੈਂ ਤੈਨੂੰ ਬਹੁਤ ਦੁੱਖ ਦਿੱਤੇ ਬਹੁਤ ਕਸ਼ਟ ਦਿੱਤੇ ਮੈਂ ਜਾਣੀ ਸ਼ਰਾਬ ਵਿੱਚ ਇੰਨਾ ਡੁੱਬ ਗਿਆ ਸੀਗਾ ਕਿ ਮੈਂ ਜਿਹੜਾ ਸੀ ਦੂਰ ਜਾਣਾ ਚਾਹੁੰਦਾ ਸੀਗਾ ਪਰ ਅਚਨ ਚੇਤੇ ਮੇਰਾ ਮਨ ਪਤਾ ਨਹੀਂ ਕਿਵੇਂ ਮੁੜ ਗਿਆ ਅੱਜ ਤੋਂ ਬਾਅਦ ਜੰਨੀਆਂ ਵੀ ਉਹ ਜੜੀਆਂ ਸ਼ਰਾਬ ਦੀ दारू ਜਾਂ ਜੋ ਵੀ ਕੁਝ ਬੋਤਲਾ ਸੀਗੀ ਉਹਨੇ ਉਹਦੇ ਸਾਹਮਣੇ ਜੜੀਆਂ ਸੀ ਉਹ ਸਾਰੀਆਂ ਜੜੀਆਂ ਕਚਰੇ ਦੇ ਡੱਬੇ ਚ ਸੜ ਦਿੱਤੀਆਂ ਤੇ ਦੇਖੋ ਉਸ ਤੋਂ ਬਾਅਦ ਉਹ ਜੜੀ ਬੱਚੀ ਦਾ ਜਿਹੜਾ ਸਾਰਾ ਵਿਅਹਤਾ ਜੀਵਨ ਸੀਗਾ ਉਸ ਤੋਂ ਬਾਅਦ ਤੇ ਜੱਕਦਮ ਪਲਟੀ ਕਰਕੇ ਨਰਕ ਚੋਂ ਨਿਕਲ ਕੇ ਹਨਾ ਇੱਕ ਚੰਗੇ ਸੁਰਗ ਦੀ ਸ਼ਕਲ ਦਾ ਜਿਹੜਾ ਉਹਦੇ ਵਿੱਚ ਬਦਲ ਗਿਆ ਜਦ ਉਹਦਾ ਜੀਵਨ ਜਿਹੜਾ ਸੀ ਉਹ ਨਰਕ ਚੋਂ ਨਿਕਲ ਕੇ ਫਿਰ ਉਹ ਇੱਕ ਸੁਰਗ ਦੇ ਘਰ ਦੇ ਵਿੱਚ ਬਲ ਗਿਆ ਘਰ ਜਿਹੜਾ ਸੀ ਦੁਆਰਾ ਸਵਰਗ ਹੋ ਗਿਆ ਇਹ ਸਾਰੀ ਕਿਰਪਾ ਧੰਗੁਰੂ ਰਾਮਦਾਸ ਮਹਾਰਾਜੀ ਦੀ ਹੋਈ ਆ ਤੇ ਦੇਖੋ ਅੱਜ ਉਹ ਜਿਹੜੀ ਬੱਚੀ ਹੈਗੀ ਆਪਣੇ ਪਰਿਵਾਰ ਚ ਆਪਣੇ ਪਤੀ ਨਾਲ ਸੁਖੀ ਰਹਿ ਰਹੀ ਆ ਤੇ ਉਹਦੇ ਯਾਨੀ ਕਿ ਪਰਿਵਾਰ ਦੇ ਵਿੱਚ ਇੱਕ ਬੱਚੀ ਜਿਹੜੀ ਸੁੰਦਰ ਬੱਚੀ ਨੇ ਵੀ ਜਨਮ ਲਿਆ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰਧੰਗੁਰੂ ਰਾਮਦਾਸ ਦੇ ਪ੍ਰਤੀ ਸ਼ਰਧਾ ਬਣ ਜਵੇ ਪ੍ਰੇਮ ਬਣ ਜਵੇ ਜਿਹੜੀ ਸੇਵਾ ਭਾਵਨਾ ਬਣ ਜਵੇ ਪਰ ਕਿਸੇ ਪ੍ਰਕਾਰ ਦਾ ਕੋਈ ਸੰਦੇਹ ਨਾ ਰਹੇ ਕੋਈ ਸੰਸਾ ਨਾ ਰਹੇ ਕੋਈ ਸ਼ੱਕ ਝੜੜੀ ਆ ਇਹ ਚੀਜ਼ ਨਾ ਕਰ ਕਰੇ ਬਸ ਜਿੰਨ ਪ੍ਰੇਮਕਿਓ ਤិន ਹੀ ਪ੍ਰਭ ਪਾਇਓ ਜਿਹਨਾਂ ਦੇ ਅੰਦਰ ਪ੍ਰੇਮ ਹਨ ਕਹਿੰਦੇ ਪਰਮਾਤਮਾ ਨੂੰ ਉਹਨਾਂ ਨੇ ਹੀ ਪ੍ਰਾਪਤ ਕੀਤਾ ਉਹਨਾਂ ਨੇ ਹੀ ਪ੍ਰਸੰਨ ਕੀਤਾ ਤੇ ਵਾਹਿਗੁਰੂ ਜੀ ਫਿਰ ਉਹ ਇਹੋ ਜਿਹੜੀਆਂ ਰੂਹਾਂ ਹਨ ਉਹਨਾਂ ਦੀ ਪਹਿਲ ਦੇ ਆਧਾਰ ਤੇ ਸੁਣਦੇ ਆ ਜਿਵੇਂ ਇਸ ਬੱਚੀ ਦੀ ਸੁਣੀ ਗਈ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸਭ ਤੋਂ ਵੱਡੀ ਬਖਸ਼ਾ ਸਭ ਤੋਂ ਵੱਡੀ ਵਡਿਆਈ ਆ ਕਿ ਜੋ ਵੀ ਜਿਹੜਾ ਜੀ ਆ ਇਸ ਦਰ ਤੇ ਆਉਂਦਾ ਹਨਾ ਕਹਿੰਦੇ ਰੋਂਦਾ ਆਉਂਦਾ ਤੇ ਹੱਸਦਾ ਜਾਂਦਾ ਇੱਕ ਨਹੀਂ ਅਨੇਕਾਂ ਜਿਹੜੀਆਂ ਮਸਾਲਾਂ ਹੈਗੀਆਂ ਉਹ ਦਿੱਤੀਆਂ ਜਾ ਸਕਦੀਆਂ ਹੈਗੀਆਂ ਕਿਉਂਕਿ ਅੱਜ ਵੀ ਹਨਾ ਲੱਖਾਂ ਦੇ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੰਨ ਗੁਰੂ ਆਰਮਦਾਸ ਜੀ ਦੇ ਦਰਬਾਰ 'ਚ ਆਉਂਦੀਆਂ ਆਪੋ ਆਪਣੀਆਂ ਜਿਹੜੀਆਂ ਉਹ ਮੰਗਾਂ ਜਿਹੜੀਆਂ ਹੈਗਾ ਧੰਨ ਗੁਰੂ ਆਰਮਦਾਸ ਦੇ ਚਰਨਾਂ ਦੇ ਵਿੱਚ ਰੱਖਦੀਆਂ ਤੇ ਸਭ ਦੀਆਂ ਜਿਹੜੀਆਂ ਝੋੜੀਆਂ ਧੰਨ ਗੁਰੂ ਆਰਮਦਾਸ ਮਹਾਰਾਜੇ ਭਰਦੇ ਆ ਬਸ ਗੱਲ ਇੰਨੀ ਆ ਵਿਸ਼ਵਾਸ ਸ਼ਰਦਾ ਸੇਵਾ ਤੇ ਜਿਹਦੇ ਵਿੱਚ ਸੰਦੇਹ ਨਾ ਕੋਈ ਹੋਵੇ ਸੰਕੋਚ ਨਾ ਕੋਈ ਹੋਵੇ ਇਸ ਤਰ੍ਹਾਂ ਦੀ ਇੱਕ ਨਹੀਂ ਅਨੇਕਾਂ ਘਟਨਾਵਾਂ ਜਿਹੜੀਆਂ ਇੱਥੇ ਰੋਜ਼ ਵਾਪਰਦੀਆਂ ਸੋ ਦਾਸ ਇੰਨੀਆਂ ਹੀ ਜਿਹੜੇ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਜਕ ਹੈ ਕਿਉਂਕਿ ਇਹ ਦਰਬਾਰ ਉਹ ਦਰਬਾਰ ਹੈਗਾ ਜਿੱਥੇ ਸਾਨੂੰ ਜਿਹੜਾ ਹੈਗਾ ਇਹ ਪਹਿਲ ਦੇ ਆਧਾਰ ਦੇ ਉੱਤੇ ਦਰਸ਼ਨ ਹੁੰਦੇ ਕਿ ਡਿੱਠੇ ਸੋਭੇ ਥਾਬ ਨਹੀਂ ਤੋ ਦਜੇਹਾ ਨਹੀਂ ਤਦ ਜਿਹ ਰਿਆਸਵਾ ਦਾਸ ਇਨੇ ਹੀ ਵਚਨ ਕਰਦਾ ਹੋਇਆ ਖੇਮਾ ਦਾ ਆਜਾਤਕਵਾ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਨੀ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ